सारी जिंदगी कैनात नूं वेख के खुश हाँ, पर जो मनुख दी मनुख द्वारा लुट हुंदी है उन्हूं वेख के मैं जरूर चिंता करदा। क्या जांदा तुसीं सारी जिंदगी तुर के कढ़ती है? हाँ, मैं ना एक साइकिल चलाउणा जाणदा सी, थोड़ा जिहा चंडीगढ़ साइकिल चलाया सी 1971 च, फिर मैं साइकिल छड्डता। उदों बाद बस पैदल ही हो गए, जिथे जाना तुर के, ना साइकिल ना स्कूटर ना कार। मैं तो चढ़ दी, मैं तो चलाउणी नहीं आउंदे। साइकिल चलाउणा जाणदा सी ते मैनूं ऐ लगदा जे मैनूं अज चलाउणा पए ते मैं भुल गया, मैं तो पैडल भी नहीं मार सकना। जाना जाना तुरक ही जाना है, तो कदे महसूस नहीं हुंदा 15-20 किलोमीटर ऐं नहीं पता लगता कदों लंघ गए। कि आपदे नाल गल्लां करदे जाने हो? आपदे नाल भी गल्लां बहुत करदा, संसार नाल गल्लां बहुत करदा, लोगों की टिप्पणियां बड़ियां करदा, लोगों दी टिप्पणियां सुनदा बहुत हाँ, ये भी नाल है। कोई आखू भी वेखो जी अनपढ़ जा जट जांदा है, शराबी कबाबी जांदा है, इस तरह बोलदे आ। शराब पीने हो तुसीं? मैं कदे सुंघ के भी नहीं वेखी, शराब दे महकमे च रहा कदे सुंघी भी नहीं। मैनूं कहणगे शराबी लगदा, मैं भी तुसीं सारा दिन पीने हो, तुसीं मैं सोफी किवें लगदे हो? सतलुज क्लब सारी ब्यूरोक्रेसी पई हुंदी आ, शराब पीणी ने उत्थे? तुसीं नहीं गए कदे क्लबां च जिवें होर ईटी हो जांदे आ, कारां रखियां घड़ियां महंगियां विदेशां च, तुसीं नहीं आंगे? आ बिल्कुल तुहाडे सामणे आ, डौले खाली मुरचे खाली किते कुछ नहीं, आई आ चार कपड़े जिहड़े पाउणे आपां। मेहने नहीं मारदे सी जिहड़े नाल दे होर कलीग हुंदे सी? देखो जिहड़ा बंदा बौद्धिक तौर ते ऊणा होवे उह मेहने मार जांदा, जिहड़ा बंदा बौद्धिक तौर ते ऊणा नहीं हुंदा ना उह बड़ा कुछ सह जांदा है। ਸਮਾਂ ਮੈਂ ਤਾਂ ਉਹਨਾਂ ਊਣੇ ਦਿਮਾਗਾਂ ਦੇ ਉੱਤੇ ਤਰਸ ਕਰਦਾ, ਵਿਚਾਰੇ ਕਿੱਥੇ ਲਟਕੇ ਪਏ ਆ, ਚੱਜ ਦੀ ਗੱਲ ਤਾਂ ਕਰਦੇ ਕੋਈ ਨਹੀਂ। ਇੰਨੀ ਅੰਗਰੇਜ਼ੀ ਕਿੱਥੋਂ ਆਈ ਹੈ ਤੁਹਾਨੂੰ? ਮੈਂ ਬੁੱਤ ਅੰਗਰੇਜ਼ੀ ਵੀ ਪੜ੍ਹਿਆ, ਵਾਹ ਬਈ ਵਾਹ, ਮੈਂ ਅੰਗਰੇਜ਼ੀ ਦੀ ਐਮ ਏ ਆ, ਮੈਂ ਪੰਜਾਬੀ ਦੀ ਐਮ ਏ ਆ, ਮੈਂ ਫਿਲੋਸਫੀ ਦੀ ਐਮ ਏ ਆ, ਮੈਂ ਸੋਸ਼ੋਲੋਜੀ ਦੀ ਐਮ ਏ ਆ, ਮੈਂ ਸਾਈਕੋਲੋਜੀ ਵੀ ਪੜ੍ਹੀ, ਮੈਂ ਪੋਲੀਟੀਕਲ ਸਾਇੰਸ ਪੜ੍ਹੀ, ਮੈਂ ਇਕਨੋਮਿਕਸ ਪੜ੍ਹੀ, ਮੈਂ ਹਿਸਟਰੀ ਵੀ ਪੜ੍ਹਦਾ, ਸਾਰੀ ਦੁਨੀਆਂ ਦੀ ਕੰਪੈਰੇਟਿਵ ਸਟੱਡੀ ਮੈਂ ਕਰਦਾ। ਮੈਂ ਤਾਂ ਸਾਰਾ ਦਿਨ ਹੀ ਪੜ੍ਹਦਾ, ਮੈਂ ਜਿੰਨਾ ਚਿਕਰ 200 ਪੇਜ ਨਾ ਪੜ੍ਹਾਂ ਉਹਨਾਂ ਚਿਕਰ ਮੈਨੂੰ ਨੀਂਦ ਨਹੀਂ ਆਉਂਦੀ। ਉਮਰ ਕਿੰਨੀ ਹੈ ਹੁਣ ਤੁਹਾਡੀ? ਮੇਰੀ ਇਸ ਵਕਤ ਉਮਰ 68 ਸਾਲ ਹੋ ਜਾਣੀ ਹੈ 31 ਅਗਸਤ ਨੂੰ, 31 ਅਗਸਤ 2018 ਨੂੰ ਮੇਰੀ ਉਮਰ 68 ਸਾਲ ਹੋ ਜਾਣੀ ਹੈ। ਇੱਕ ਬਹੁਤ ਵੱਡਾ ਸਵਾਲ ਹੈ, ਮੈਂ ਵੀ ਕਈ ਵਾਰ ਬੈਠਾ ਇਹ ਸਵਾਲ ਸੋਚਦਾ, ਬਹੁਤ ਸਾਰੇ ਨੌਜਵਾਨ ਵੀ ਪੁੱਛਦੇ ਹੈ, ਜ਼ਿੰਦਗੀ ਜੀਣ ਦਾ ਫੰਡਾ ਕੀ ਹੈ? ਬਾਜ ਜ਼ਿੰਦਗੀ ਜਿਉਣਾ, ਜ਼ਿੰਦਗੀ ਕੈਨਾਤ ਨੂੰ ਵੇਖੋ, ਇਹ ਜਿੰਨੀ ਪ੍ਰਕਿਰਤੀ ਆ ਵੇਖੋ, ਮਨੁੱਖ ਜਾਤੀ ਨੂੰ ਵੇਖੋ, ਜਿੱਥੇ ਤੁਹਾਨੂੰ ਖੁਸ਼ੀ ਮਿਲਦੀ ਹੈ ਉਹਨੂੰ ਐਪਰੀਸ਼ੀਏਟ ਕਰੋ, ਜਿੱਥੇ ਲੱਗੇ ਕਿ ਬੰਦਾ ਫੇਲ ਹੋ ਰਿਹਾ ਉੱਥੇ ਉਹਨੂੰ ਸਹਾਰਾ ਦਿਓ। ਜੇ ਕੋਈ ਡਿੱਗਦਾ, ਹੁਣ ਤਾਂ ਸਹਾਰਾ ਨਸ਼ਾ ਬਣਾ ਲਿਆ ਨਾ, ਜੇ ਖੁਸ਼ੀ ਹੈ ਤਾਂ ਨਸ਼ਾ, ਗਮ ਹੈ ਤਾਂ ਨਸ਼ਾ, ਦਾਰੂ ਜਾਂ ਡਰੱਗਸ 'ਚ ਪੈ ਗਏ ਮੁੰਡੇ ਹੁਣ ਸਾਡੇ। ਉਹ ਜਿਹੜੀਆਂ ਸਾਡੀਆਂ ਰਾਜ ਕਰਦਾ ਸ਼੍ਰੇਣੀਆਂ, ਜਿਹੜੀ ਵੀ ਸਾਡੀ ਰਾਜ ਕਰਦਾ ਸ਼੍ਰੇਣੀਆਂ, ਉਹ ਨਹੀਂ ਚਾਹੁੰਦੀ ਕਿ ਲੋਕਾਂ ਨੂੰ ਚੇਤਨਾ ਆਵੇ, ਉਹ ਨਹੀਂ ਚਾਹੁੰਦੀ ਕਿ ਲੋਕ ਸਿਹਤਮੰਦ ਜੀਵਨ ਜਿਉਣ, ਉਹਨਾਂ ਨੂੰ ਅਮਲੀ ਭੰਗੀ ਘੋਰੀ ਚਾਹੀਦੇ ਆ, ਜਿਨ੍ਹਾਂ ਕੋਲ ਵਿੱਦਿਆ ਨਾ ਹੋਵੇ, ਮੰਗਤਿਆਂ ਵਰਗੇ ਲੋਕ ਹੁਣ, ਲੀੜਾ ਪਵੇ ਨਾ, ਕੱਪੜਾ ਪਵੇ ਨਾ, ਕੋਈ ਮੰਗ ਹੀ ਨਾ ਕਰਨ, ਚੇਤਨਾ ਦੀ ਗੱਲ ਹੀ ਨਾ ਕਰਨ, ਅਤੇ ਸੁੱਤਾ ਪਿਆ ਮੁਲਕ ਲੁੱਟਿਆ ਜਾਣਾ ਇਹਨਾਂ ਲਈ, ਇਹ ਤੋਂ ਵਧੀਆ ਕੀ ਹੋ ਸਕਦਾ? ਇਹ ਹੈ, ਇਸ ਕਰਕੇ ਨਸ਼ਾ ਜਿਹੜਾ ਤੁਸੀਂ ਕਹਿੰਦੇ ਨਸ਼ਾ ਅਸੀਂ ਖੁਦ ਪਾਇਆ, ਵਾਹ ਵੀ ਵਾਹ, ਪੰਜਾਬ ਦੇ ਲੋਕ ਬੇਈਮਾਨੀ ਕਰਦੇ, ਸਾਡੀ ਰਾਜ ਕਰਦਾ ਸ਼੍ਰੇਣੀ 1 ਘੰਟੇ 'ਚ ਖਤਮ ਹੋ ਸਕਦਾ, ਮੈਂ ਇੱਥੇ ਖੜਾ ਪੈਰ ਮਾਰ ਕੇ ਖਤਮ ਕਰਦਾ ਨਸ਼ਾ। ਕਰਨਾ ਕੀ ਪਊ ਉਹਦੇ ਵਾਸਤੇ? 4 IPS ਠੋਕੋ, 4 IAS ਠੋਕੋ, 4 PCS ਠੋਕੋ, ਸਿਰ ਸਸਪੈਂਡ ਕਰ ਦਿਓ, ਬਸ ਗੱਲ ਖਤਮ। ਜੇ ਥੋੜ੍ਹੀ ਕਰਪਸ਼ਨ ਹੋ ਜਾਏ ਜਾਂ ਥੋੜ੍ਹੀ ਨਸ਼ਾ ਵਿਕ ਜੇ, ਅਸੀਂ ਸਾਰੇ ਪਕਾਉਂਦੇ ਹਾਂ, ਮੈਂ ਐਕਸਾਈਜ ਮਹਿਕਮੇ ਦਾ ਬੰਦਾ, ਮੈਨੂੰ ਪਤਾ ਕੀ ਚੱਲਦਾ ਕਿਵੇਂ ਚੱਲਦਾ। ਹਰ ਪੰਜਾਬ ਦਾ ਜਿਹੜਾ ਜੁਰਮ ਹੈ ਉਹ ਸਰਪ੍ਰਸਤੀ ਹੇਠ ਪੜਦਾ, ਹਰੇਕ ਪ੍ਰਕਾਰ ਦਾ। ਇੱਕ ਉਹ ਹਿੰਦੀ ਦਾ ਗਾਣਾ ਹੈ, ਸਭ ਗੋਲਮਾਲ ਹੈ, ਸਭ ਗੋਲਮਾਲ ਹੈ ਇੱਥੇ। ਗੋਲ ਤਾਂ ਚਲੋ ਫਿਰ ਚੰਗਾ ਹੁੰਦਾ, ਇਹ ਤਾਂ ਗੋਲ ਮਟੋਲ ਨੇ, ਨਾਲ ਹੀ ਰੁੜਦੇ ਆ। ਗੋਲ ਤਾਂ ਬੜਾ ਸੌਖਾ ਹੈ ਸ਼ਬਦ ਆ ਬੇਚਾਰਾ, ਇਹ ਤਾਂ ਗੋਲ ਮਟੋਲ ਨੇ, ਇਹਨਾਂ ਦੀਆਂ ਮੌਜਾਂ ਬਣੀਆਂ ਹੋਈਆਂ। ਤੁਸੀਂ ਵੇਖੋ ਹਿੰਦੁਸਤਾਨ ਗਰੀਬ ਹੋ ਰਿਹਾ, ਇਹਦਾ ਲੁਟੇਰਾ ਵਰਗ ਅਮੀਰ ਹੋ ਰਿਹਾ, ਕਮਾਲ ਨਹੀਂ? ਪਿਛਲੇ 15 ਸਾਲਾਂ 'ਚ ਵੇਖੋ ਹਿੰਦੁਸਤਾਨ ਗਰੀਬ ਹੋਇਆ। ਕਿਤੇ ਪਾਕਿਸਤਾਨ ਵਾਲਾ ਹਾਲ ਤਾਂ ਨਹੀਂ ਹੋਜੂ, ਬਿਊਰੋਕਰੇਸੀ ਜਿਹੜੀ ਹੈ ਸਭ ਤੋਂ ਸਟਰੋਂਗ ਹੋਜੂ ਜਾਂ ਹੋ ਗਈ ਹੈ ਤੁਹਾਨੂੰ ਲੱਗਦਾ? ਏਸ਼ੀਆ ਦੇ ਵਿੱਚ ਇਹ ਗੱਲਾਂ ਸੰਭਵ ਨੇ, ਏਸ਼ੀਆ ਦੇ ਵਿੱਚ ਦੂਜੇ ਥਾਂ ਇਸ ਤਰ੍ਹਾਂ ਹੋਇਆ, ਸਾਡੇ ਵੀ ਹੋ ਸਕਦਾ, ਕਿਉਂ ਨਹੀਂ ਹੋ ਸਕਦਾ? ਸਾਡੀ ਸਾਨੂੰ ਪਾਕਿਸਤਾਨ ਕੋਈ ਬਹੁਤ